ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਨੈਸ਼ਨਲ ਇਨਫੋਰਮੇਸ਼ਨ ਸੈਂਟਰ NIC ਦੇ ਵਿੱਚ ਵੈਕੈਂਸੀ ਆ ਚੁੱਕੀ ਹੈ ਜੀ ਸਾਇੰਟਿਸਟ ਦੀ ਸਾਇੰਟਿਫਿਕ ਆਫੀਸਰ ਦੀ ਤਾਂ ਟੋਟਲ 598 ਵੈਕੈਂਸੀਆਂ ਨੇ ਆਨਲਾਈਨ ਮੋਡ ਰਾਹੀਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਤੇ ਆਪਾਂ ਜੇ ਐਪਲੀਕੇਸ਼ਨ ਫੀਸ ਦੀ ਗੱਲ ਕਰਦੇ ਆਂ ਜੀ SC ST PW ਕੈਂਡੀਡੇਟ ਤੇ ਆਲ ਕੈਟਾਗਰੀ ਵੂਮਨ ਦੀ ਕੋਈ ਫੀਸ ਨਹੀਂ ਆ ਜੀ ਤੇ ਬਾਕੀ ਕੈਟਾਗਰੀ ਵਾਲਿਆਂ ਦੀ 800 ਰੁਪਏ ਫੀਸ ਆ ਜੀ ਤੇ ਅਪਲਾਈ ਕਰਨਾ ਮਾਰਚ ਤੋਂ ਸਟਾਰਟ ਆ ਦੀ ਚਾਰ ਅਪਲਾਈਰ ਹੈਗੀ ਆ ਜੀ ਲਾਸਟ ਡੇਟ ਇਹ ਦੀ ਗੱਲ ਕਰਦੇ ਆ ਦੀ 4 4 2023 ਤੱਕ ਦਾ ਡੀਜ਼ ਹੈਗੀ ਆ ਜੀ ਜਰਨਲ ਤੇ ਐਡਬੀਸੀ 30 ਸਾਲ ਤੇ ਐਸਸੀਐਸਟੀ 35 ਸਾਲ ਓਬੀਸੀ 33 ਸਾਲ ਪੀਡਬਲ ਕੈਂਡੀਡੇਟ ਦੀ 45 ਸਾਲ ਮਣਕੀ ਇਨੀ ਏਜ ਆ ਦੀ ਤੱਕ ਰਿਪਲਾਈ ਕਰ ਸਕਦੇ ਹੋ ਜੀ ਬਾਕੀ ਇਹ ਦੀ ਵੱਖਰੀ ਵੱਖਰੀ ਕੁਆਲਿਫਿਕੇਸ਼ਨ ਆ ਜੀ ਕੈਟੇਗਰੀ ਵਾਈਜ਼ ਤੇ ਸਾਇੰਟਿਸਟ ਹੈਗੀ ਆ ਜੀ 271 ਵੈਕੈਂਸੀਆਂ ਨੇ ਸਾਇੰਟਿਫਿਕ ਆਫੀਸਰ ਦੀ 196 ਆ ਜੀ ਸਾਇੰਟਿਫਿਕ ਟੈਕਨੀਕਲ ਸਿਸਟਰ ਦੀ 331 ਵੈਕੈਂਸੀਆਂ ਨੇ ਜੀ ਤੇ ਅਪਲਾਈ ਹੋਣਾ 4 ਮਾਰਚ ਤੋਂ ਸਟਾਰਟ ਹਨ ਮਤਲਬ ਕਿ ਕੱਲ ਤੋਂ ਲਿੰਕ ਓਪਨ ਹੋ ਜਾਣੇ ਆ ਜੀ ਤੇ ਬਾਕੀ ਜਿਹੜਾ ਵੀ ਐਲੀਜੀਬਲ ਅਪਲਾਈ ਕਰਨਾ ਚਾਹੁੰਦਾ ਜੀ ਕਰ ਸਕਦਾ ਬਾਕੀ ਆਪਾਂ ਨੋਟੀਫਿਕੇਸ਼ਨ 'ਚ ਜਾਣੇ ਆ ਜੀ ਤਾਂ ਇਹਦੇ ਵਿੱਚ ਆਪਾਂ ਸਾਰੀ ਇਨਫੋਰਮੇਸ਼ਨ ਦੇਖ ਸਕਦੇ ਹਾਂ ਜੀ ਕਿਹੜੇ-ਕਿਹੜੇ ਵੈਕੈਂਸੀਆਂ ਨੇ ਜੀ ਬਾਕੀ ਵੈਕੈਂਸੀਆਂ ਦੀ ਪਹਿਲਾਂ ਤਾਂ ਕੈਟਾਗਰੀ ਵਾਈਜ਼ ਵੈਕੈਂਸੀ ਦੀ ਵੰਡ ਕੀਤੀ ਗਈ ਆ ਜੀ ਸਾਇੰਟਿਸਟ ਬੀ ਦੀ ਜਿਹੜੀ ਵੈਕੈਂਸੀ ਤਨਖਾਹ ਆ ਜੀ 56000 ਤੋਂ ਸਟਾਰਟ ਆ ਜੀ 1,70,500 ਤੱਕ ਜਾਊਗੀ ਤੇ ਜਿਹੜੀ ਸਾਇੰਟੀਫਿਕ ਆਫੀਸਰ ਦੀ ਵੈਕੈਂਸੀ ਆ ਜੀ ਉਹਦੇ ਲਈ ਜਿਹੜੀ ਤਨਖਾਹ ਵਾ ਸਾਈਡ ਪੇ ਸਕਿੱਲ ਦੇ ਅਕੋਰਡਿੰਗ 44900 ਸਟਾਰਟ ਹੋਊਗੀ ਜੀ 142400 ਤੱਕ ਜਾਊਗੀ ਤੇ ਜਿਹੜੇ ਟੈਕਨੀਕਲ ਅਸਿਸਟੈਂਟ ਆ ਜੀ ਸਾਇੰਟੀਫਿਕ ਦੇ ਅੰਦਰ ਬਲਕਿ ਇਹ ਗਰੁੱਪ A ਦੀ ਵੈਕੈਂਸੀ ਆ ਉੱਪਰ ਲਿਏ ਨਹੀਂ ਹੈਗੇ ਸੀ ਉਹ ਗਰੁੱਪ B ਦੀਆਂ ਵੈਕੈਂਸੀਆਂ ਸੀ ਤੇ ਇਹਦੇ ਲਈ ਜਿਹੜੀ ਹੈਗੀ ਆ ਜੀ ਤੁਹਾਨੂੰ ਤਨਖਾਹ ਵਗੈਰਾ ਮਿਲੂਗੀ ਜੀ 35400 ਤੋਂ ਮਿਲੂਗੀ ਸਟਾਰਟ ਤੇ 11000 1 ਲੱਖ 12400 ਤੱਕ ਜਾਊ ਤਨਖਾਹ ਤੇ ਬਾਕੀ ਕੀ ਨਾਨ ਗੈਜਟਿਡ ਹੈਗਾ ਜੀ ਟੈਕਨੀਕਲ ਅਸਿਸਟੈਂਟ ਹੈ ਬਾਕੀ ਇਹ ਉੱਪਰਲੇ ਦੋ ਪੋਸਟਾਂ ਨੇ ਗੈਜਟਿਡ ਆ ਤੇ ਬਾਕੀ ਕੈਟਾਗਰੀ ਵਾਈਜ਼ ਵੈਕੈਂਸੀ ਦੀ ਵੰਡ ਕੀਤੀ ਗਈ ਹੈ ਤੁਸੀਂ ਆਪਣੀ ਕੈਟਾਗਰੀ ਵਾਈਜ਼ ਦੇਖ ਸਕਦੇ ਹੋ ਜੀ ਤੇ ਜਿਹੜੇ ਦਾ ਸਾਇੰਟਿਸਟ ਬੀ ਲਈ ਅਪਲਾਈ ਕਰ ਰਹੇ ਆ ਜੀ ਉਹਨਾਂ ਨੇ ਡਿਗਰੀ ਕੀਤੀ ਹੋਵੇ ਇੰਜੀਨੀਅਰਿੰਗ ਦੇ ਵਿੱਚ ਜਾਂ ਬੈਚਲਰ ਡਿਗਰੀ ਟੈਕਨੋਲੋਜੀ ਦੇ ਵਿੱਚ ਕੀਤੀ ਹੋਵੇ ਜਾਂ ਇਲੈਕਟ੍ਰੋਨਿਕਸ ਦੇ ਵਿੱਚ ਠੀਕ ਆ ਤਾਂ ਉਹਨਾਂ ਨੇ ਇੰਜੀਨੀਅਰਿੰਗ ਦਾ ਰਿਲੇਟਡ ਜਾਂ ਇਲੈਕਟ੍ਰੋਨਿਕਸ ਨਾਲ ਟੈਲੀਕਮਿਊਨੀਕੇਸ਼ਨ ਐਂਡ ਡੈਡੀ ਕਮਿਊਨੀਕੇਸ਼ਨ ਨਾਲ ਮਾਸਟਰ ਡਿਗਰੀ ਸਾਇੰਸ ਦਾ ਹੋ ਗਈ ਐ ਐਮ ਐਸ ਸੀ ਹੋ ਗਈ ਐ ਐਮ ਟੈਕ ਹੋ ਗਿਆ ਐ ਐਮ ای ਹੋ ਗਈ ਐ ਐਮ ਫਿਲ ਕੀਤੀ ਹੋਈ ਚਾਹ ਕੰਪਿਊਟਰ ਡਿਗਰੀ ਹੋ ਕੀਤੀ ਹੋਵੇ ਤਾਂ ਉਹ ਐਲੀਜੀਬਲ ਆ ਤਾਂ ਬਾਕੀ ਆ ਕਿ ਉਹਨਾਂ ਨਾਲੇ ਫੀਲਡ ਨਾਲ ਰਿਲੇਟਡ ਕਿਹੜੇ ਕਿਹੜੇ ਕੰਮ ਹੈਗੇ ਉਹ ਦੱਸੇ ਹੋਏ ਆ ਬਾਕੀ ਜੇ ਆਪਾਂ ਗੱਲ ਕਰਦੇ ਹਾਂ ਜੀ ਸਾਇੰਟਿਫਿਕ ਅਫੀਸਰ ਦੀ ਤਾਂ ਇਹਦੇ ਲਈ ਐਮ ਐਸ ਸੀ ਐਮ ਸੀ ਐ ਬੀ ای ਬੀ ਟੈਕ ਵਗੈਰਾ ਕੀਤੀ ਹੋਈ ਚਾਹੀਦੀ ਆ ਜੀ ਤੇ ਬਾਕੀ ਆ ਕਿ ਇਹਦੇ ਲਈ ਕੋਈ ਵੀ ਐਕਸਪੀਰੀਐਂਸ ਨਹੀਂ ਰਿਕੁਆਇਰਮੈਂਟ ਕੀਤੀ ਗਈ ਦੋਹਾਂ ਨਾ ਪੋਸਟਾਂ ਵਾਸਤੇ ਤੇ ਜਿਹੜੀ ਹੈਗੀ ਆ ਜੀ ਸਾਇੰਟਿਫਿਕ ਆਫੀਸਰ ਦੀ ਹੈਗੀ ਆ ਤੁਸੀਂ ਕੁਆਲਿਫੀਕੇਸ਼ਨ ਦੱਸੀ ਉਹ ਹੀ ਹੈਗੀ ਆ ਜੀ ਸੇਮ ਸਾਇੰਟਿਫਿਕ ਆਫੀਸਰ ਵਾਲੀ ਬਾਕੀ ਏਜ ਲਿਮਟ ਤਾਂ ਮੈਂ ਗੱਲ ਕਰ ਹੀ ਚੁੱਕਿਆ ਹਾਂ ਜੀ ਪਹਿਲਾਂ ਵੀ ਤੁਹਾਡੀ ਨੋਟੀਫਿਕੇਸ਼ਨ ਦੇ ਅੰਦਰ ਤਾਂ ਤੁਸੀਂ ਆਨਲਾਈਨ ਬੋਰਡ ਐਪਲਾਈ ਕਰੋਗੇ ਜੀ ਕਿਹੜੇ ਕਿਹੜੇ ਸਟੈਪ ਆ ਜੀ ਤੁਸੀਂ ਐਪਲਾਈ ਕਰਨ ਟਾਈਮ ਤੁਹਾਨੂੰ ਕੰਮ ਆਉਣਗੇ ਉਹ ਸਾਰਾ ਕੁਝ ਦੱਸਿਆ ਗਿਆ ਜੀ ਤੇ ਬਾਕੀ ਇਹ ਕਿ ਜਿਹੜਾ ਸਿਰ ਕੇਂਟਰ ਹੋਰ ਕਰ ਬਣ ਕੇ ਪੇਪਰ ਲਈ ਉਹ ਦੱਸਿਆ ਹੋਇਆ ਕਿ ਇੱਦਾਂ ਤੇ ਬਣਗੇ ਤੁਸੀਂ ਆਪਣੇ ਅਕੋਰਡਿੰਗ ਦੇ ਸਕਦੇ ਜਿਹੜਾ ਤੁਹਾਨੂੰ ਲੱਗੇ ਪੈਂਦਾ ਉਸ ਤੋਂ ਬਾਅਦ ਫੀਸ ਦੇ ਬਾਰੇ ਵੀ ਗੱਲ ਕਰ ਹੀ ਚੁੱਕਿਆ ਕਿ ਕਿਹਦੀ ਕਿਹਦੀ ਫੀਸ ਲੱਗੂ ਕਿਹਦੀ ਕਿਹਦੀ ਨਹੀਂ ਲੱਗਣੀ ਸਿਲੈਕਸ਼ਨ ਪ੍ਰੋਸੈਸਾ ਜੀ ਉਹਦੇ ਬਾਰੇ ਦੱਸਿਆ ਜੀ ਕਿ ਤੁਹਾਡਾ ਪਹਿਲਾ ਰਿਟਰਨ ਐਗਜ਼ਾਮ ਹੋਊਗਾ ਉਸ ਤੋਂ ਬਾਅਦ ਤੁਹਾਡਾ ਇੰਟਰਵਿਊ ਹੋਊਗੀ ਜੀ ਬਾਕੀ ਸਿਲੇਬਸ ਵੀ ਦੱਸਿਆ ਜੀ 네ਗੇਟਿਵ ਮਾਰਕਿੰਗ ਹੈਗੀ ਆ ਤੇ ਇੰਟਰਵਿਊ ਵੀ ਹੈਗੀ ਆ ਕਿਉਂਕਿ ਇੰਟਰਵਿਊ ਦੇ ਵਿੱਚ ਤੁਹਾਡੇ ਮਨ ਕੀ ਪਰਸਨੈਲਿਟੀ ਵਗੈਰਾ ਟੈਸਟ ਕੀਤਾ ਜਾਂਦਾ ਕਿੰਨਾ ਕੌਨਫੀਡੈਂਸ ਹੈਗਾ ਸਾਰਾ ਕੁਝ ਤੇ ਬਾਕੀ ਜਿਹੜੀ ਤੁਸੀਂ ਪੋਸਟ ਲਈ ਅਪਲਾਈ ਕਰ ਰਹੇ ਹੋ ਜੀ ਉਹ ਸਿਲੇਬਸ ਵੀ ਆਇਆ ਹੈ ਵਾ ਤੁਸੀਂ ਸਿਲੇਬਸ ਦੇਖ ਸਕਦੇ ਹੋ ਤੇ ਇਸੇ ਸਿਲੇਬਸ ਦੇ ਵਿੱਚੋਂ ਹੀ ਤੁਹਾਨੂੰ ਰਿਟਰਨ ਐਗਜ਼ਾਮ ਆਊਗਾ ਤੇ ਉਹਦੇ ਅਕੋਰਡਿੰਗ ਆਪਣੀ ਸਾਰਿਆਂ ਦੀ ਤਿਆਰੀ ਰੱਖਣ ਤੇ ਬਾਕੀ ਟੈਲੀਗ੍ਰਾਮ ਤੇ ਮੈਂ ਪੀਡੀਏ ਪਾ ਦਾਂਗਾ ਬਾਕੀ ਆ ਨਾ ਸਰਟੀਫਿਕੇਟ ਤੇ ਪਰਫਾਰਮਾ ਜੇ ਮਤਲਬ ਤੁਸੀਂ ਕਿਸੇ ਵੀ ਕੈਟੇਗਰੀ ਚ ਅਪਲਾਈ ਕਰ ਰਹੇ ਹੋ ਆਪਣੇ ਕੈਟੇਗਰੀ ਵਾਈਜ਼ ਇਹਦਾ ਪਰਫਾਰਮਾ ਦੇਖ ਲਿਓ ਤੇ 올 ది ਬੈਸਟ ਆਬ ਕੈਂਡੀਡੇਟ ਨੂੰ ਜਿਹੜਾ ਅਪਲਾਈ ਕਰਨਾ ਚਾਹੁੰਦਾ ਜੀ ਤੇ ਬਾਕੀ ਮੈਂ ਪੀਡੀਫ ਟੈਲੀਗ੍ਰਾਮ ਗਰੁੱਪ ਤੇ ਪਾ ਚੁੱਕਿਆ ਜੀ ਤੁਸੀਂ ਉੱਥੋਂ ਦੇਖ ਸਕਦੇ ਹੋ ਤੇ ਨੈਸ਼ਨਲ ਇਨਫਰਮੈਟਿਕ ਸੈਂਟਰ ਵਿੱਚ ਵੈਕੈਂਸੀ ਆ ਜੀ ਤੇ ਐਨ ਆਈ ਸੀ ਐਨ ਆਈ ਸੀ ਕਹਿੰਦੇ ਆ ਜੀ ਡਿਪਾਰਟਮੈਂਟ ਨੂੰ ਤੇ ਜਿਹੜਾ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦਾ ਜੀ ਕਰ ਸਕਦਾ